ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸਖ਼ਤ ਫੈਸਲਾ ਲਿਆ ਗਿਆ ਹੈ। ਪੰਜਾਬ ਭਰ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ। ਇਸ ਸੰਬੰਧੀ ਗੁਰਾਇਆ ਪੁਲਿਸ ਵੱਲੋਂ ਸ਼ਹਿਰ 'ਚ ਕੀਤਾ ਗਿਆ ਫਲੈਗ ਮਾਰਚ, ਲੋਕਾਂ ਨੂੰ ਆਪਣੇ ਘਰ 'ਚ ਰਹਿਣ ਦੀ ਕੀਤੀ ਅਪੀਲ। ਜਿਹੜਾ ਫਲੈਗ ਮਾਰਚ ਕੱਢਿਆ ਕਿਸ ਲਈ ਕੱਢਿਆ ਗਿਆ? ਅੱਜ ਫਲੈਗ ਮਾਰਚ ਗਰਾਇਆਂ ਦੇ ਸਿਟੀ ਦੇ ਵਿੱਚ ਐਸ ਪੀ ਡੀ ਸਾਹਿਬ ਸਰਬਜੀਤ ਸਿੰਘ ਬਾਈਆ, ਡੀ ਐਸ ਪੀ ਬਲੌਰ, ਐਸ ਟੋ ਨਾਲ ਗਰਾਇਆਂ ਨਾਲ ਸਮੇਤ ਫੋਰਸ, ਇਹ ਲੋਕਾਂ ਨੂੰ ਜਾਗਰੂਕ ਕਰਾਇਆ ਕਿ ਜਿਹੜਾ ਕਰੋਨਾ ਵਾਇਰਸ ਹੈਗਾ ਇਹ ਬਹੁਤ ਖਤਰਨਾਕ ਵਾਇਰਸ ਹੈਗਾ, ਅਤੇ ਆਪਣੇ ਜਿਹੜਾ ਵੀ ਕੋਈ ਬੰਦਾ ਵਿਦੇਸ਼ ਤੋਂ ਆਇਆ ਜਾਂ ਇੱਥੇ ਵੀ ਹੈਗਾ ਉਹਨੂੰ ਆਪਣੇ ਘਰਾਂ ਦੇ ਵਿੱਚ ਰਹਿਣ, ਬਾਹਰ ਨਾ ਨਿਕਲ। ਸਰ ਜੇ ਕੋਈ ਘਰਾਂ ਤੋਂ ਬਾਹਰ ਆਉਂਦਾ ਆ ਵਿਦਆਊਟ ਐਨੀ ਰੀਜ਼ਨ, ਉਹਦੇ 'ਤੇ ਕੀ ਕਾਰਵਾਈ ਕੀਤੀ ਜਾ ਰਹੀ? ਉਹਨਾਂ ਨੂੰ ਦੱਸਿਆ ਵੀ ਜੇ ਕੋਈ ਬਿਨਾਂ ਰੀਜ਼ਨ ਬਾਹਰ ਆਊਗਾ ਤਾਂ ਉਹਨਾਂ ਦੇ 144 ਦਾ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ।